ਜੀ ਦੋਸਤੋ ਕੀ ਹਾਲ ਚਾਲ ਹੈ ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਰਿਕਰੂਟਮੈਂਟ ਬੋਰਡ ਪੰਜਾਬ ਵੱਲੋਂ 1493 ਬੈਕਲੌਗ ਕਰਤੇ 899 ਇੰਗਲਿਸ਼ ਟੀਚਰ ਦੀਆਂ ਪੋਸਟਾਂ ਸੰਬੰਧੀ ਯਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਕਰ ਕਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਰਡਰ ਬਾਰਡਰ ਏਰੀਏ ਵਿੱਚ ਸਾਇੰਸ ਵਿਸ਼ੇ ਦੀਆਂ 518 ਅੰਗਰੇਜ਼ੀ 180 ਮੈਥ ਵਿਸ਼ੇ ਦੀਆਂ 595 ਬੈਕਲੌਗ ਦੀ ਕੋਲ 1493 ਅਤੇ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਪੋਸਟਾਂ ਨੂੰ ਭਾਰਤ ਸਬੰਧੀ 6/4/2021 ਨੂੰ ਵਿਗਿਆਪਨ ਦਿੱਤਾ ਗਿਆ ਸੀ ਜਿਸ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਸਾਥ ਸ਼ਾਖਾ ਦੇ ਨੋਟੀਫਿਕੇਸ਼ਨ ਨੰਬਰ 1/888/12BB4 ਮਿਤੀ 12/10/2020 ਨਥੀ ਰਾਈ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ 23/8/2010 ਤੋਂ ਪਹਿਲਾਂ ਨਿਯੁਕਤ ਸਿੱਖਿਆ ਪ੍ਰੋਵਾਈਡਰ ਵੋਲੰਟੀਅਰ ਜਿਨ੍ਹਾਂ ਦੀਆਂ ਯੋਗਤਾਵਾਂ ਭਾਵ ਬੀਐਡ ਮਿਤੀ 23/8/2010 ਤੋਂ ਪਹਿਲਾਂ ਦੀ ਹੈ ਉਹਨਾਂ ਨੂੰ PS TET ਭਾਵ ਕਿ ਪੰਜਾਬ ਸਟੇਟ एलिजिਬਿਲਟੀ ਟੈਸਟ ਤੋਂ 2 ਤੋਂ ਛੂਟ ਦਿੱਤੀ ਜਾਂਦੀ ਹੈ ਸੋ ਦੋਸਤੋ ਜਿਹੜੇ ਕੈਂਡੀਡੇਟ 23 8 2 ਜਾਂ 10 ਤੋਂ ਪਹਿਲਾਂ B.Ed ਕਰ ਚੁੱਕੇ ਹਨ ਉਹ ਮਾਸਟਰ ਕੈਡਰ ਦੀਆਂ 1493 ਬੈਕਲੌਗ ਪੋਸਟਾਂ ਲਈ ਬਿਨਾ PS TET 2 ਦੇ ਅਪਲਾਈ ਕਰ ਸਕਦੇ ਹਨ ਸੋ ਦੋਸਤੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਬੋਰਡ ਦੀ ਅਫੀਸ਼ੀਅਲ ਵੈੱਬਸਾਈਟ educationrecruitmentboard.com ਤੇ ਜਾ ਕੇ ਵਿਜ਼ਿਟ ਕਰ ਸਕਦੇ ਆ ਨਾ ਸੋ ਦੋਸਤੋ ਵੀਡੀਓ ਉਤੇ ਜਾਣਕਾਰੀ ਇਹਨੂੰ ਆਪਣੇ ਫਰੈਂਡ ਸਰਕਲ ਵਿੱਚ ਜਰੂਰ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ Inder Internet Cafe ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ